या तो तुम यार कबूल करो भी नौजवान साढ़े मगर है, फिर तुम उसका जिम्मा भी लो भी छब्बी भी साढ़े मगर लग के गए, या कबूल करो साड़ी मानते नहीं है। मैं उन्होंने आगुआ कहना चाहता भी चैनल साढ़े ही चला लेंगे तुहाड़ियां वीडियो, तो सानू एक ही कैंकर तुम अपना ही दे दो, कोई अपना रिश्तेदार दे दो, कोई होर बंदा दे दो जिहड़ा तुहानू तुहाडे मतलब की गल कर ले करूगा, असीं अपलोड कर दिया करांगे। गल तुहाडी भी आ जाती है, गल मेरी भी आ जाती, गल कई होर पत्रकारां दी भी आ जाती है भी ये चार पांच पत्रकार है जिहड़ा अंदोलन का बेड़ा गर्क कर रहे हैं। तो भाई जी फिर मैं उन्होंने लोगों को सवाल एक होर पूछना चाहुंदा, मैं क्या फिर 26 जनवरी नूं तुसीं क्यों कहा भी असीं तां जी हाथ जोड़दे रहे, साडी तां किसी ने मन्नी नहीं, कोई नौजवान साडे नाल ही नहीं खड़िया, असीं तां बथेरा रोए जी बथेरा रोकिया, गुस्सा बहुत सी नौजवानां च। जथेबंदियों नूं सवाल पुछदे हो तां जथेबंदियों वाले कह दिंदे आ भी इह जिहड़ा अंदोलन अंदोलन नूं खराब करदा, पत्रकार खराब करदा, चैनल खराब करदा। जे तुसीं किसी होर दूसरे नुमाइंदे नूं सवाल पुछदे हो तां थल्ले इह कमेंट आउंदे आ भी इह कामरेड विचारधारा दा गा, इह चीज़ दा किवें पता लगदा गा। सत श्री अकाल जी, तुसीं देख रहे हो RMB टैलीविजन, मैं रतनदीप सिंह तालीवाल। किसानी अंदोलन दे विच खास करके जे असीं गल करते हाँ साडे वाले महकमे की, महकमा इसलिए कहूँगा क्योंकि सोशल मीडिया दे उत्ते जे पत्रकार दोवें पक्षां की गल करदा गा पत्रकार फिर भी माड़ा गा, पत्रकार एक पक्ष की गल करदा पत्रकार फिर भी माड़ा गा, पर जे अंदोलन दे सारे दी असीं नज़र मार के देखते हाँ चाहे वह पंजाब होवे, चाहे वह दिल्ली होवे, चाहे वह बंगाल दे विच पंजाबी मीडिया के कुछ नुमाइंदे जां पत्रकार वीर गए हुण, वह की तस्वीर देखते हैं, तो जिहड़ी इह व्यूआं वाली गेम आ, व्यूआं वाली गेम नूं किवें लोकां दे सामने रख्या जाए, क्योंकि हुण बहुत सारे जिहड़े चाहे वह किसान जथेबंदियां दे नुमाइंदे होण, चाहे वह जिहड़े IT सैल बने हुए ने सोशल मीडिया दे उत्ते, उन्हां दी नज़र दे विच वी कई पत्रकार खड़कन लगे ने। साडे नाल मौजूद ने जगदीप सिंह थली जो कि पंजाबी लोक चैनल चलाउंदे ने। बाई जी स्वागत है, सत श्री अकाल। सत श्री अकाल जी। ਬਾਈ ਜੀ ਕਿਵੇਂ ਦੇਖਦੇ ਹੋ ਪੱਤਰਕਾਰੀ ਨੂੰ ਇਸ ਅੰਦੋਲਨ ਦੇ ਵਿੱਚ? ਪੱਤਰਕਾਰੀ ਬਾਈ ਜੀ ਅਲੱਗ ਅਲੱਗ ਤਰ੍ਹਾਂ ਦੀ ਆਪਾਂ ਜੇ ਦੇਖੀਏ ਤਾਂ ਅਲੱਗ ਅਲੱਗ ਪੱਤਰਕਾਰਾਂ ਤੋਂ ਅਲੱਗ ਅਲੱਗ ਰਾਏ ਆ ਜੀ। ਮੈਂ ਜਿਸ ਹਿਸਾਬ ਦੇ ਨਾਲ ਵੇਖਿਆ ਏ ਤਾਂ ਮੈਂ ਕਹਾਂਗਾ ਬਹੁਤ ਸਾਰੇ ਲੋਕਾਂ ਨੇ ਜਦੋਂ ਅਸੀਂ ਅੰਦੋਲਨ ਨੂੰ ਸ਼ੁਰੂ ਕਰਦੇ ਹਾਂ ਤਾਂ ਉਦੋਂ ਅਸੀਂ ਕਿਸਾਨਾਂ ਦੇ ਪੱਖ ਦੀ ਵੀ ਬਹੁਤ ਇਸ ਤਰ੍ਹਾਂ ਉਸ ਤਰ੍ਹਾਂ ਇਕੱਠ ਹੈ ਜੀ, ਬਹੁਤ ਜੋਸ਼ ਹੈ, ਅਸੀਂ ਉਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਅਤੇ ਸਾਨੂੰ ਲੋਕਾਂ ਨੇ ਕਿਹਾ ਵੀ ਇਹ ਆ ਬਾਈ ਨਿਰਪੱਖ ਪੱਤਰਕਾਰ, ਜਦੋਂ ਕਿ ਮੈਂ ਉਸ ਚੀਜ਼ ਨੂੰ ਮੰਨਦਾ ਵੀ ਉਸ ਵੇਲੇ ਤਾਂ ਅਸੀਂ ਇੱਕ ਪੱਖੀ ਪੱਤਰਕਾਰ ਸੀਗੇ। ਜੇ ਗੋਦੀ ਮੀਡੀਆ ਉਹ ਭਾਜਪਾ ਦੀ ਝੋਲੀ 'ਚ ਬੈਠਾ ਤਾਂ ਅਸੀਂ ਕਿਸਾਨਾਂ ਦੀ ਚੀਜ਼ 'ਚ ਬੈਠੇ ਸੀਗੇ, ਸਾਨੂੰ ਬੈਠਣਾ ਵੀ ਚਾਹੀਦਾ ਸੀ। ਜਦੋਂ ਤੱਕ ਕੋਈ ਗੱਲਾਂ ਨਹੀਂ ਹੈ, ਕੋਈ ਸਵਾਲ ਨਹੀਂ ਹੈ, ਸ਼ੁਰੂਆਤ ਕਿਸੇ ਚੀਜ਼ ਦੀ ਹੁੰਦੀ ਹੈ ਬਾਈ ਜੀ। ਮੰਨ ਲਓ ਅਸੀਂ ਘਰ ਬਣਾਉਣਾ ਹੈ ਜੀ ਅਤੇ ਇੱਟੇ ਪਈ ਹੈ, ਹੁਣ ਆਪਣੇ ਕੋਲ ਇੱਟਾਂ ਪਈਆਂ ਜੀ ਅਤੇ ਇੱਟ ਬਣੀ ਬਣਾਉਣ ਲੱਗੇ ਹਾਂ ਆਪਾਂ, ਬਣਾਉਣ ਵੇਲੇ ਸੰਚਾ ਤਿਆਰ ਕੀਤਾ, ਉਹਦੇ 'ਚ ਮਿੱਟੀ ਪਾਈ, ਉਸ ਵੇਲੇ ਕੋਈ ਸਵਾਲ ਨਹੀਂ, ਪਾ ਦਿੱਤੀ ਸਿੱਧੀ ਜੀ। ਜਦੋਂ ਬਣੀ ਆ ਸੰਚੇ ਤੋਂ ਬਾਹਰ ਕੱਢੀ ਹੈ ਤਾਂ ਉਸ ਵੇਲੇ ਪਤਾ ਲੱਗਿਆ ਸਾਨੂੰ ਵੀ ਇੱਟ ਦੇ ਵਿੱਚ ਕਿੱਥੇ ਕਿੱਥੇ ਨੁਕਸ ਹੈ। ਇਸੇ ਤਰ੍ਹਾਂ ਅੰਦੋਲਨ ਦੀ ਸ਼ੁਰੂਆਤ ਵੇਲੇ ਸ਼ੁਰੂਆਤ ਸੀ, ਅੰਦੋਲਨ ਤੁਰ ਪਿਆ ਜੀ, ਅਸੀਂ ਕੁਝ ਨਹੀਂ ਵੇਖਿਆ, ਅਸੀਂ ਇਹਦਾ ਸਮਰਥਨ ਕੀਤਾ, ਲੋਕਾਂ ਨੇ ਕਿਹਾ ਤੁਸੀਂ ਨਿਰਪੱਖ ਹੋ ਜੀ, ਬਹੁਤ ਥਾਂ 'ਤੇ ਤਾਂ ਸਾਡੇ ਪੋਸਟਰਾਂ ਦੇ ਉੱਤੇ ਵੀ ਲੱਗਣ ਲੱਗ ਗਈਆਂ ਫੋਟੋਆਂ ਵੀ ਇਹ ਹੀਰੋ ਪੱਤਰਕਾਰ ਜੀ, ਉਹ ਪੱਤਰਕਾਰ, ਅਤੇ ਜਦੋਂ ਹੁਣ ਇੱਟ ਦੇ ਰੂਪੀ ਇਹ ਜਦੋਂ ਬਣ ਕੇ ਸੰਚਾ ਤਿਆਰ ਹੋ ਗਿਆ, ਅੰਦੋਲਨ ਚੱਲ ਪਿਆ, ਰੂਪਰੇਖਾ ਸਾਰੀ ਵੱਜੀ ਗਈ ਅਤੇ ਉੱਥੇ ਚੱਲਦਾ ਰਿਹਾ, ਅਤੇ ਬਹੁਤ ਸਾਰੀਆਂ ਗੱਲਾਂ ਬਾਈ ਅਜਿਹੀਆਂ ਹੋਈਆਂ ਜਿਨ੍ਹਾਂ ਨੇ ਸਵਾਲ ਅੰਦੋਲਨ ਚਲਾਉਣ ਵਾਲੇ ਕੁਝ ਆਗੂਆਂ 'ਤੇ ਵੀ ਖੜ੍ਹੇ ਕੀਤੇ ਜੀ। ਫਿਰ ਇੱਕ ਪੱਤਰਕਾਰ ਦਾ ਫਰਜ਼ ਬਣਦਾ ਹੈ ਵੀ ਜਿੱਥੇ ਸਵਾਲ ਨੇ ਤਾਂ ਉੱਥੇ ਜਵਾਬ ਲੈਣੇ, ਸੋ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਦੋਂ ਗੱਲ ਤੁਹਾਡੀ ਵੀ ਆ ਜਾਂਦੀ ਹੈ, ਗੱਲ ਮੇਰੀ ਵੀ ਆ ਜਾਂਦੀ, ਗੱਲ ਕਈ ਹੋਰ ਪੱਤਰਕਾਰਾਂ ਦੀ ਵੀ ਆ ਜਾਂਦੀ ਹੈ ਵੀ ਇਹ ਚਾਰ ਪੰਜ ਪੱਤਰਕਾਰ ਆ ਜਿਹੜਾ ਅੰਦੋਲਨ ਦਾ ਬੇੜਾ ਗਰਕ ਕਰ ਰਹੇ ਨੇ, ਅਤੇ ਬਾਈ ਜੀ ਫਿਰ ਮੈਂ ਉਹਨਾਂ ਲੋਕਾਂ ਨੂੰ ਸਵਾਲ ਇੱਕ ਹੋਰ ਪੁੱਛਣਾ ਚਾਹੁੰਦਾ ਬਈ ਜਦੋਂ ਕੁਝ ਲੋਕਾਂ ਦੀਆਂ ਗਲਤੀਆਂ ਅੰਦੋਲਨ ਨੂੰ ਲੈ ਡੁੱਬੀਆਂ, ਫਿਰ ਉਦੋਂ ਤੁਸੀਂ ਸਾਨੂੰ ਭਵਿੱਖ 'ਚ ਸਵਾਲ ਕਰੋਗੇ? ਆਹ ਪੱਤਰਕਾਰ ਹੈ ਬਹੁਤ ਬਣਦੇ ਸੀ ਆਪਣੇ ਆਪ ਨੂੰ ਉਸ ਵੇਲੇ ਨਹੀਂ ਜਿਨ੍ਹਾਂ ਨੇ ਸਵਾਲ ਕਰੇ, ਅਤੇ ਹਰ ਪਾਸੇ ਨੂੰ ਲੋਕਾਂ ਨੂੰ ਮੈਂ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਬਈ ਇੱਕ ਤਾਂ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਟਾਈਟਲ ਪੜ੍ਹ ਕੇ ਨਾ ਲੱਗ ਜਾਇਆ ਕਰੋ, 35-40 ਮਿੰਟ ਦੀ ਇੰਟਰਵਿਊ ਦੇ ਉੱਤੇ ਪਹਿਲੇ
2 ਮਿੰਟਾਂ ਦੇ ਵਿੱਚ ਅਜੇ ਵੀਡੀਓ ਅਪਲੋਡ ਹੋਈ ਨਹੀਂ 2 ਮਿੰਟ ਹੁੰਦੇ ਆ 200 ਕਮੈਂਟ ਨੀਚੇ ਆਇਆ ਹੁੰਦਾ ਤੇ ਇਹਦਾ ਮਤਲਬ ਅਸੀਂ ਏਡੀ ਸਾਡੀ ਮਾਨਸਿਕਤਾ ਗੁਲਾਮ ਹੋ ਗਈ ਹੈ ਵੀ ਅਸੀਂ ਇਮੀਡੀਏਟ ਰਿਐਕਸ਼ਨ ਕਰਦੇ ਆ ਯਾਰ 35 ਮਿੰਟ ਸੁਣਤਾ ਲੋ ਕਿਹੜੀਆਂ ਗੱਲਾਂ ਕਿਹਨੇ ਕੀਤੀਆਂ ਉਹਨੂੰ ਦੇਖ ਲਓ ਫਿਰ ਉਧਰਲੇ ਇੰਨੇ ਭਗਤਾਂ ਦੇ ਵਿੱਚ ਤੇ ਇਧਰਲੇ ਇੰਨੇ ਭਗਤਾਂ 'ਚ ਕੋਈ ਬਹੁਤਾ ਫਰਕ ਨਹੀਂ ਆ ਬਾਈ ਤੇ ਸਾਨੂੰ ਇਹ ਦੱਸਦੇ ਆ ਵੀ ਇਹ ਇੱਕ ਪੱਕੀ ਪੱਤਰਕਾਰ ਜਾਂ ਇਹਨਾਂ ਨੇ ਵੇੜਾ ਗਰਕ ਕਰਤਾ ਤੇ ਮੈਂ ਫਿਰ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕੁਝ ਕਿਸਾਨ ਆਗੂਆਂ ਨੇ ਵੀ ਸਾਡੇ ਤੇ ਸਵਾਲ ਖੜੇ ਕੀਤੇ ਆ ਵੀ ਇਹ ਲੋਕ ਆ ਜਿਹੜੇ ਜਾਂ ਉਹਨਾਂ ਦੇ ਆਈਟੀ ਸੈੱਲ ਨੇ ਵੀ ਇਹਨਾਂ ਦੇ ਉੱਤੇ ਨਿਸ਼ਾਨਾ ਸਾਧੋ ਇਹ ਕਰੋ ਤੇ ਫਿਰ ਮੈਂ ਉਹਨਾਂ ਆਗੂਆਂ ਨੂੰ ਕਹਿਣਾ ਚਾਹੁੰਦਾ ਵੀ ਚੈਨਲ ਸਾਡੇ ਹੀ ਚਲਾ ਲੈਣਗੇ ਤੁਹਾਡੀਆਂ ਵੀਡੀਓ ਤੇ ਸਾਨੂੰ ਇੱਕ ਕੈਂਕਰ ਤੁਸੀਂ ਆਪਣਾ ਹੀ ਦੇ ਦਿਓ ਕੋਈ ਆਪਣਾ ਰਿਸ਼ਤੇਦਾਰ ਦੇ ਦਿਓ ਕੋਈ ਹੋਰ ਬੰਦਾ ਦੇ ਦਿਓ ਜਿਹੜਾ ਤੁਹਾਨੂੰ ਤੁਹਾਡੇ ਮਤਲਬ ਦੀ ਗੱਲ ਕਰ ਲਿਆ ਕਰੂਗਾ ਅਸੀਂ ਅਪਲੋਡ ਕਰ ਦਿਆ ਕਰਾਂਗੇ ਤੇ ਜੇ ਲੱਗਦਾ ਵੀ ਸਾਨੂੰ ਕੋਈ ਵਿਊ ਵਿਆਲਾ ਚੱਕਰ ਨਹੀਂ ਹੈਗਾ ਅਸੀਂ ਇਸ ਕਰਕੇ ਪੁੱਛਦੇ ਹਾਂ ਤੇ ਅਸੀਂ ਸਾਨੂੰ ਤਾਂ ਅਸੀਂ ਤਾਂ ਲੋਕਾਂ ਦੇ ਨਾਲ ਜੁੜੇ ਹੋਏ ਆ ਤੇ 32 ਜਥੇਬੰਦੀਆਂ ਲੋਕ ਨਹੀਂ ਹੈਗੇ ਇਹ ਲੋਕ ਸਾਡਾ ਪੂਰਾ ਪੰਜਾਬ ਜਿਹੜੇ ਉੱਥੇ ਬੈਠੇ ਨੇ ਮਾਮਾ ਦੇ ਪੁੱਤ ਮਾਮਾ ਬੈਠੀਆਂ ਨੇ ਜਿਹੜੀਆਂ ਉਹ ਸਾਰਿਆਂ ਦੀ ਸਾਨੂੰ ਉਹਨਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਹੈ ਉਹਨਾਂ ਦੇ ਇੱਕ ਇੱਕ ਵਹਾਏ ਗਏ ਪਸੀਨੇ ਦੀ ਵੀ ਸਾਨੂੰ ਕਦਰ ਹੈ ਇਸ ਕਰਕੇ ਜਦੋਂ ਕੋਈ ਨਾ ਕੋਈ ਸਵਾਲ ਉੱਠ ਜਾਂਦਾ ਤਾਂ ਬਾਈ ਪੱਤਰਕਾਰ ਦਾ ਇੱਕ ਫਰਜ਼ ਹੁੰਦਾ ਹੈ ਵੀ ਉਹ ਸਵਾਲ ਦੇ ਉੱਤੇ ਜਵਾਬ ਲੈਣੇ ਸੋ ਅਸੀਂ ਲੈ ਰਹੇ ਹਾਂ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਨੇ ਚਾਹੇ ਉਹ ਇੱਕ ਆਈਟੀ ਸੈੱਲ ਦੀ ਗੱਲ ਹੁੰਦੀ ਆ ਚਾਹੇ ਉਹ ਫੇਕ ਆਈਡੀਆਂ ਵਾਲਿਆਂ ਦੀ ਗੱਲ ਹੁੰਦੀ ਆ ਉਹ ਜਿਹੜੇ ਲੋਕ ਆ ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਕਿਸੇ ਇੱਕ ਪਾਰਟੀ ਨੂੰ ਸੰਬੰਧ ਰੱਖਦੇ ਨੇ ਜਾਂ ਉਹ ਇਹਨਾਂ ਜਥੇਬੰਦੀ ਢਾਂਚਿਆਂ ਦੇ ਵਿੱਚੋਂ ਜਾਂ ਇੱਕ ਵਿਅਕਤੀ ਵਿਸ਼ੇਸ਼ ਦੇ ਲੋਕ ਨੇ ਜਿਵੇਂ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਵੀ ਇੱਕ ਦੀਪ ਸਿੱਧੂ ਦਾ ਆਈਟੀ ਸੈੱਲ ਆ ਕਿਸਾਨਾਂ ਨੇ ਆਪਦਾ ਅੱਡਾ ਆਈਟੀ ਸੈੱਲ ਬਣਾ ਲਿਆ ਬੀਜੇਪੀ ਦਾ ਅੱਡਾ ਆਈਟੀ ਸੈੱਲ ਆ ਅਕਾਲੀ ਦਲ ਦਾ ਅੱਡਾ ਕਾਂਗਰਸ ਦਾ ਅੱਡਾ ਆਪ ਵਾਲੇ ਅੱਡ ਚੱਕੀ ਫਿਰਦੇ ਆ ਫਿਰ ਟਾਰਗੇਟ ਕਰਨਾ ਜਦੋਂ ਸ਼ੁਰੂ ਹੁੰਦਾ ਹੈਗਾ ਬੰਦਾ ਉਹਨੂੰ ਪੂਰੀ ਤਰ੍ਹਾਂ ਟ੍ਰੋਲ ਕੀਤਾ ਜਾਂਦਾ ਵੀ ਇਹ ਫਲਾਣੇ ਬੰਦੇ ਦਾ ਲੱਖੇ ਸਿਧਾਣੇ ਨਾਲ ਆ ਰਤਨ ਸਿੰਘ ਧਾਲੀਵਾਲ ਮੈਨੂੰ ਖਾਸ ਕਰਕੇ ਕਿਹਾ ਜਾਂਦਾ ਸੋਨੂੰ ਕਿਹਾ ਜਾਂਦਾ ਵੀ ਇਹ ਦੀਪ ਸਿੱਧੂ ਨਾਲ ਆ ਜਾਂ ਕਿਸੇ ਨੂੰ ਕਿਹਾ ਜਾਂਦਾ ਇਹ ਅਕਾਲੀ ਦਲ ਦਾ ਜਿਵੇਂ ਤੁਸੀਂ ਅੱਜ ਸਟੇਜ 'ਤੇ ਵੀ ਗੱਲ ਕਰ ਰਹੇ ਸੀ ਵੀ ਸਿਮਰਨਜੋਤ ਮੱਕੜ ਨੇ ਇੱਕ ਪੋਸਟ ਪਾਈ ਅਤੇ ਉਹਦੇ ਉੱਤੇ ਕਮੈਂਟ ਆਉਣੇ ਸ਼ੁਰੂ ਹੋ ਗਏ ਵੀ ਇਹ ਫਲਾਨੀ ਪਾਰਟੀ ਨਾਲ ਬਿਲੋਂਗ ਕਰਦੇ ਨੇ ਜਿਹੜੇ ਉਹ ਚੀਜ਼ ਹੁੰਦੀ ਆ ਉਹ ਲੋਕਾਂ ਦੀ ਮਾਨਸਿਕਤਾ ਕਿਉਂ ਨਹੀਂ ਸਮਝਦੇ ਦੂਸਰੇ ਲੋਕ ਜਿਹੜੇ ਸਹੀ ਚਲਾਉਂਦੇ ਨੇ ਜਾਂ ਸਹੀ ਆਈਡੀਆ ਵਾਲੇ ਨੇ ਉਹ ਵੀ ਉਹ ਦੇਖ ਕੇ ਪੜ੍ਹ ਕੇ ਉਦਾਂ ਦਾ ਹੀ ਚੀਜ਼ਾਂ ਆਉਣ ਲੱਗ ਜਾਂਦੀਆਂ ਥੱਲੇ ਬਿਲਕੁਲ ਬਾਈ ਉਹ ਲੋਕ ਕੁਛ ਕੁ ਜਿਹੜੇ ਆਈਟੀ ਸੈੱਲ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕੁਛ ਲੋਕ ਹੈਗੇ ਨੇ ਜਿਹੜੇ ਇਹਨਾਂ ਨੇ ਕਿਉਂਕਿ ਜਦੋਂ ਨਬਜ਼ ਪੜ੍ਹਨੀ ਆ ਜਾਏ ਨਾ ਫਿਰ ਲੋਕਾਂ ਨੂੰ ਮਗਰ ਲਾਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਵੇਂ ਰਾਜਨੀਤਿਕ ਲੋਕ ਮਗਰ ਲਾ ਲੈਂਦੇ ਆ ਆਪਣਾ ਪਿਛੋਕੜ ਦੱਸਦੇ ਆ ਜੀ ਅਸੀਂ ਜੇਲ੍ਹਾਂ ਦੇ ਵਿੱਚ ਰਹੇ ਹਾਂ ਜੀ ਅਤੇ ਜਿਵੇਂ ਮੈਂ ਉੱਥੇ ਵੀ ਗੱਲ ਕੀਤੀ ਸੀ ਸਟੇਜ ਦੇ ਉੱਤੇ ਵੀ ਪਹਿਲਾਂ ਕੀ ਸੀ ਬਾਈ ਪਹਿਲਾਂ ਸਾਡਾ ਇਤਿਹਾਸ ਸੀ ਸਾਹਿਬਜ਼ਾਦਿਆਂ ਦੀ ਪੇਸ਼ੀ ਨੂੰ ਸਾਹਿਬਜ਼ਾਦੇ ਜਾ ਰਹੇ ਨੇ ਅਤੇ ਉਦੋਂ ਇੱਕ ਛੋਟਾ ਦਰਵਾਜ਼ਾ ਵੀ ਝੁੱਕ ਕੇ ਸਲਾਮ ਕਰਨਗੇ ਪਰ ਉਹ ਪਹਿਲਾਂ ਪੈਰ ਨਗਾਉਂਦੇ ਨੇ ਅਤੇ ਹੁਣ ਦੇ ਹਾਕਮ ਸੂਝਵਾਨ ਹੋ ਗਏ ਉਹਨਾਂ ਨੇ ਦੇਖਿਆ ਵੀ ਯਾਰ ਇਹ ਤਾਂ ਕੌਮ ਉਹ ਹੈ ਜਿਹੜੀ ਸਿਰ ਝੁਕਾਉਂਦੀ ਉਹ ਨਹੀਂ ਕਿਸੇ ਅੱਗੇ ਅਤੇ ਕਿਉਂ ਨਾ ਅਸੀਂ ਉਹ ਭੇਸ ਵਟਾ ਲਈਏ ਅਤੇ ਹੁਣ ਉਹ ਸਾਨੂੰ ਫਤਿਹ ਬੁਲਾਉਣ ਲੱਗ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨਾ ਕਹਿਣ ਦੀ ਲੋੜ ਦੇਰ ਨਹੀਂ ਆ ਸਾਡੇ ਵਾਲੇ ਮਗਰ ਤੁਰ ਪੈਂਦੇ ਆ ਪਰ ਸਾਨੂੰ ਸਮਝਣਾ ਪਊਗਾ ਸਾਨੂੰ ਅਸੀਂ ਉਸ ਕੌਮ ਦੇ ਵਿੱਚੋਂ ਹਾਂ ਜਿਨ੍ਹਾਂ ਦੇ ਕੋਲ ਜੋਸ਼ ਦੇ ਨਾਲ ਨਾਲ ਹੋਸ਼ ਵੀ ਹੈ ਸੋਚ ਵੀ ਹੈ ਸਮਝ ਵੀ ਹੈ ਪਰ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਉਹਨਾਂ ਨੂੰ ਪਤਾ ਵੀ ਯਾਰ ਇਹ ਤਾਂ ਮਗਰ ਲੱਗ ਲੋਕ ਨੇ ਜਿਵੇਂ ਭੇਸ ਵਟਾ ਕੇ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਲੇ ਬੱਲੇ ਯਾਰ ਇਹ ਤਾਂ ਬਹੁਤ ਵਧੀਆ ਇਹਨੂੰ ਪਾਉਣੀ ਵੋਟ ਇਹ ਤਾਂ ਧਰਮ ਨਾਲ ਜੁੜਿਆ ਹੋਇਆ ਬੰਦਾ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਉਹ ਹੀ ਮਾਰ ਗਿਆ ਸਾਨੂੰ ਅਤੇ ਇਸੇ ਤਰ੍ਹਾਂ ਹੁਣ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ 5 ਕੁ ਬੰਦੇ ਲਾਉਣੇ ਇਹਨਾਂ ਨੇ ਵਧੀਆ ਜਿਹੜੇ ਵੀ ਜਿਨ੍ਹਾਂ ਨੇ ਕਮੈਂਟ ਜੇ ਕਰਨੀ ਆ ਉਸ ਤਰ੍ਹਾਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਲਿਖਣਾ ਆਉਂਦਾ ਹੈ ਵੀ ਲੋਕਾਂ ਦੀਆਂ ਭਾਵਨਾਵਾਂ ਕਿਵੇਂ ਕੈਸ਼ ਕਰੀਦੀਆਂ 5 ਕਮੈਂਟ ਲਿਖਦੇ ਆ ਅਤੇ ਸਾਡਾ ਪੂਰਾ ਹੀ ਹਜੂਮ ਮਗਰ ਤੁਰ ਪੈਂਦਾ ਅਤੇ ਬਾਈ ਜੀ ਜੇਕਰ ਅਸੀਂ ਆਈਟੀ ਸੈੱਲ ਜਾਂ ਜੇ ਅਸੀਂ ਬਰਬਾਦ ਕਰਨ ਦੇ ਲੱਗੇ ਹੋਏ ਹਾਂ ਜੇ ਤੁਹਾਨੂੰ ਲੱਗਦਾ ਵੀ ਅਸੀਂ ਸਰਕਾਰਾਂ ਦੀਆਂ ਝੋਲੀਆਂ ਦੇ ਵਿੱਚ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਕਿਸੇ ਨਾ ਕਿਸੇ ਤਰ੍ਹਾਂ ਦਾ ਤਾਂ ਅਸੀਂ ਲਾਹਾ ਲਾਉਂਗੇ ਕਿਸੇ ਉਹੀ ਜਿਹੀ ਪਾਰਟੀ ਦੇ ਵਿੱਚ ਖੜਾਂਗੇ ਸਾਨੂੰ ਕੋਈ ਫੰਡਿੰਗ ਦਿਖੂਗੀ ਤਾਂ ਉਦੋਂ ਸਾਨੂੰ ਫੜ ਕੇ ਸਾਨੂੰ ਮੈਂ ਕਹਿੰਦਾ ਖੜੇ ਕਰਕੇ ਚੁਰਾਹੇ 'ਚ ਟੰਗ ਦਿਓ ਜੇ ਤੁਹਾਨੂੰ ਲੱਗਿਆ ਪਰ ਇਹਦਾ ਮਤਲਬ ਇਹ ਥੋੜ੍ਹੀ ਜਿਹੀ ਅਸੀਂ ਕਿਸੇ ਨੂੰ ਸਵਾਲ ਪੁੱਛ ਰਹੇ ਹਾਂ ਇੱਕ ਪਾਸੇ ਤਾਂ ਕਹਿੰਦੇ ਹੋ ਤੁਸੀਂ ਨਿਰਪੱਖ ਪੱਤਰਕਾਰ ਹੈ ਜੇ ਨਿਰਪੱਖ ਪੱਤਰਕਾਰ ਨਿਰਪੱਖ ਹੋ ਕੇ ਆਪਣੇ ਨੂੰ ਵੀ ਸਵਾਲ ਕਰੇ ਲੀਡਰ ਨੂੰ ਜੇ ਲੱਗੇ ਸਾਨੂੰ ਵੀ ਯਾਰ ਨਹੀਂ ਪੰਜਾਬ ਦੇ ਨਾਲ ਤਾਂ ਇਹ ਵੀ ਬੰਦਾ ਧੋਖਾ ਕਰ ਸਕਦਾ ਜਾਂ ਇਹਦੇ 'ਤੇ ਇਲਜ਼ਾਮ ਹੈ ਜੇ ਉਹਨਾਂ ਇਲਜ਼ਾਮਾਂ ਨੂੰ ਤਾਂ ਵੀ ਸਾਡੇ ਮਗਰ ਪੈ ਜਾਂਦੇ ਆ ਇੱਕ ਬਾਈ ਜਗਦੀਪ ਬਾਈ ਇੱਕ ਹੋਰ ਗੱਲ ਆ ਜੇ ਤੁਸੀਂ ਜਥੇਬੰਦੀਆਂ ਨੂੰ ਸਵਾਲ ਪੁੱਛਦੇ ਹੋ ਜਥੇਬੰਦੀਆਂ ਨੂੰ ਸਵਾਲ ਪੁੱਛਦੇ ਹੋ ਤਾਂ ਜਥੇਬੰਦੀਆਂ ਵਾਲੇ ਕਹਿ ਦਿੰਦੇ ਆ ਵੀ ਇਹ ਜਿਹੜਾ ਅੰਦੋਲਨ ਨੂੰ ਖਰਾਬ ਕਰਦਾ ਪੱਤਰਕਾਰ ਖਰਾਬ ਕਰਦਾ ਚੈਨਲ ਖਰਾਬ ਕਰਦਾ ਜੇ ਤੁਸੀਂ ਕਿਸੇ ਹੋਰ ਦੂਸਰੇ ਨੁਮਾਇੰਦੇ ਨੂੰ ਸਵਾਲ ਪੁੱਛਦੇ ਹੋ ਤਾਂ ਥੱਲੇ ਇਹ ਕਮੈਂਟ ਆਉਂਦੇ ਆ ਵੀ ਇਹ ਕਾਮਰੇਡ ਵਿਚਾਰਧਾਰਾ ਦਾ ਗਾ ਇਹ ਚੀਜ਼ ਦਾ ਕਿਵੇਂ ਪਤਾ ਲੱਗਦਾ ਗਾ ਹੁਣ ਇਹਦਾ ਬਾਈ ਐਵੇਂ ਹੈਗਾ ਜਿਵੇਂ ਗੱਲ ਆਪਾਂ ਪਿਛੋਕੜ ਦੇ ਵਿੱਚ ਚੱਲ ਜਾਈਏ ਨਾ
पिछा इन्होंने पहला गल्लां कीतियां भी नहीं जी साढ़े मगर तो बहुत लोग ने कामरेड कहिंदे नौजवान साडे करके आए ने कुछ पंथक विचारधारा दे कह रहे ने नहीं साडे करके हुण पर लोग यह भी कहन लगे भी नहीं जी पहला यह भी होया सी भी दीप सिद्धू फलाने का बंदा हुण इकट्ठे करना पर जे मैं 26 जनवरी की घटना नूं जावां हुण लोग एक गल ध्यान नाल सोचियो दोस्तों 26 जनवरी की घटना नूं आपां पिछे देखदे हां एक आगू नूं मैं सवाल करदा भी तुसीं कहिंदे सी जी भी साडे मगर नौजवान है ने पर नौजवान तो नहीं खड़े भी तुम तो नहीं लगता एक नौजवानों की कमेटी बन जानी चाहिए है वो कहने कमेटी कमुटी नौजवानों की कोई नहीं मैं क्या जी 26 एड्डी वीड्डी घटना जे नौजवानों की कमेटी बनी होंगी तो शायद ये ना वापर कहना मेरी यार हरेक गल तो फुल पाते नौजवान भी तुम अहिया गल करके नौजवानों को गुमराह ना करो गलत पत्रकारी ना करो मैं क्या जी फिर ठीक है तुम मन दो गलों फुल पाते हैं कहना पाते हैं मैं क्या फिर 26 जनवरी तुम क्यों कहा भी असी तो जी हाथ जोड़ते रहे साड़ी तो किसी ने मनी नहीं कोई नौजवान साढ़े नाल ही नहीं खड़िया असी तो बथेरा रोए जी बथेरा रोकया गुस्सा बहुत सी नौजवान या तो तुम यार कबूल करो भी नौजवान साढ़े मगर है फिर तुम उसका जिम्मा भी लो भी 26 भी साढ़े मगर लग के गए या कबूल करो साड़ी मानते नहीं है तो ये गलों के उत्ते जदों ये दो पक्षी गल् एक शुरू च कर ली एक अगे आके होर कर ली तो ये जे मैं सवाल कर ले तो कि असी गलत गुमराह कर रहे हैं लोगों तो ये गलों के उत्ते जिहड़े जायज जिहड़े सवाल हैगे आ वो मैं लगता भी इन्हों लगता भी साड़ी जिहड़ी सानू ना कि हो जाए क्योंकि हुण लोगों के छित्रां तो डरते आपस च मीटिंगां भी हो रही ने भी आ फलाने लोगों के उत्ते जिहड़े आपां दूषण लाए आ इन्हां नूं यार इकट्ठे करना चाहिए नौजवान तो इन्हां करके भी सी सच पुछना किन्ना क खतरनाक आ सच पुछना कोई ज़्यादा वड्डी गल नहीं हैगी जिहड़े बंदे नूं परवाह नहीं ना होवे उहदे लई कोई वड्डी गल नहीं है भाई खतरनाक उहनां लोकां लई सच पुछना बहुत है जिन्हां ने फिर कुछ लाहा लेना होवे जां कोई गल दोगली करके भई नहीं इह ना रुस जे ते जदों सानूं कोई परवाह ही नहीं हैगी ना असीं इहनां तों कोई वोटां लैणियां ना असीं कदे वोटां 'च खड़ना ना पैसा लेना साडे लई तां मेरे लई तां कोई मायने रखाउंदा नहीं थली भाई तुहानूं बड़ा समां हो गया पत्रकारी करदिआं नूं जे मैं तुहाडी निजी जिंदगी बारे पुछां जदों कमेंट तुसीं भी पढ़दे होवोंगे परिवारक मैंबर भी सुभाविक पढ़ लैंदे आ रिश्तेदार भी पढ़ लैंदे आ की कोई मन दे विच जां इदां दी कोई घरे गलबात होई होवे कई बारी मन दे विच टेंशन पै जांदी है जां आ की होई जांदा गा जां इदां दे तां असीं है ही नहीं मैं भाई उस वेले इह देखदा हुंदा भाई क्योंकि असीं अपने इतिहास तों ही बहुत कुछ सिख्या ते उहनां नूं तां नीहां च वी चुणता साडे बजुर्गां नूं जंग दे विच वी शहीद होए चरखड़ियां ते विचार के इन्हां दीआं गल्लां नाल उस तो वड्डी गल तां नहीं होई ते उहनां गल्लां नूं भाई मैं लैंदा नहीं कोई भी क्योंकि अज लोकां नूं कुछ होर है जिहड़ियां गल्लां दे अज भविख दे विच सानूं दूषण लग रहे ने आउण वाले समय दे विच जिहड़े अज भूतकाल दे विच हैगे ने पिछे होया हैना तां जो आउण वाला समां है तां उहदे विच तां लोकां नूं पता ही लगणा है कि परिवार दे विच कई वार हो जांदा बई हाँ यार बई लोक जदों फोन करदे आ कमेंट तां बहुत घट बई पढ़दा हुंदा क्योंकि कमेंट पढ़न दे नाल तुहाडी मानसिकता दे उत्ते असर पैंदा जां फिर तुसीं सोचदे हो बई नहीं इह बंदिआं नूं हुण हरेक नूं किस तरां जवाब देईए तां आउण वाला जिहड़ा तुहाडे भविख दे गर्भ दे विच समां पिआ है तां उह समां बहुत बलवान हुंदा है जे तुसीं सच दे राह दे उत्ते चलदी जांदे आ तुसीं ठीक हो ਤਾਂ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸੋ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਦੇਖਿਆ ਹੁੰਦਾ ਬਹੁਤ ਲੋਕਾਂ ਨੇ ਬਹੁਤ ਕੁਝ ਕਿਹਾ ਗੁਰੂ ਨਾਨਕ ਦੇਵ ਜੀ ਨੇ ਬਹੁਤ ਕੁਝ ਕਿਹਾ ਤਾਂ ਅਸੀਂ ਤਾਂ ਉਹਨਾਂ ਤੋਂ ਹੀ ਸਿੱਖ ਰਹੇ ਹਾਂ ਅਤੇ ਸਿੱਖਦੇ ਜਾਵਾਂਗੇ ਬਾਈ ਜੀ ਤੁਸੀਂ ਭਵਿੱਖ ਦੀ ਗੱਲ ਕੀਤੀ ਅੰਦੋਲਨ ਦਾ ਕਿਹੜਾ ਭਵਿੱਖ ਦੇਖ ਰਹੇ ਹੋ ਕਿੱਧਰਲੇ ਪਾਸੇ ਨੂੰ ਦੇਖ ਰਹੇ ਹੋ ਕਿਉਂਕਿ ਜੇ ਜਿਹੜੀ ਉਹ ਮੀਟਿੰਗਾਂ ਦੀ ਆਪਾਂ ਆਫ ਰਿਕਾਰਡ ਗੱਲ ਕਰ ਰਹੇ ਸੀ ਵੀ ਸਰਕਾਰ ਦੇ ਨਾਲ ਮੀਟਿੰਗਾਂ ਉਹਨਾਂ ਦਾ ਕੋਈ ਨਾਮ ਨਹੀਂ ਲੈ ਰਿਹਾ ਨਾ ਸਰਕਾਰ ਵਾਲੇ ਪਾਸਿਓਂ ਨਾ ਇੱਧਰਲੇ ਪਾਸਿਓਂ ਹੋ ਕੀ ਰਿਹਾ ਹੈਗਾ ਭਵਿੱਖ ਦੇ ਬਾਰੇ ਬਹੁਤ ਔਖਾ ਬਾਈ ਕੁਝ ਕਹਿਣਾ ਵੀ ਕਿੱਧਰ ਨੂੰ ਜਾਊਗਾ ਪਰ ਅਸੀਂ ਹਮੇਸ਼ਾ ਉਸ ਕੌਮ ਦੇ ਵਿੱਚ ਆ ਜਿਨ੍ਹਾਂ ਨੇ ਫਤਿਹ ਹਾਸਿਲ ਕੀਤੀ ਆ ਹਮੇਸ਼ਾ ਹੀ ਭਵਿੱਖ ਦੇ ਵਿੱਚ ਕਦੇ ਵੀ ਉਹਨਾਂ ਨੇ ਜੇਕਰ ਭੂਤਕਾਲ ਦੀ ਆਪਾਂ ਗੱਲ ਕਰੀਏ ਤਾਂ ਕੋਈ ਅਜਿਹੀ ਘਟਨਾ ਤਾਂ ਕੋਈ ਹੈ ਨਹੀਂ ਵੀ ਜਿੱਥੇ ਸਾਡੀ ਹਾਰ ਹੋ ਗਈ ਹੋਵੇ ਤਾਂ ਅਸੀਂ ਤਾਂ ਉਹਨਾਂ ਦੇ ਆਧਾਰ 'ਤੇ ਹੀ ਕਹਿ ਸਕਦੇ ਹਾਂ ਬਾਈ ਵੀ ਸਾਡੀ ਫਤਿਹ ਜ਼ਰੂਰ ਹੋਊਗੀ ਮਨ ਮਿਟਾਵ ਹੁੰਦੇ ਰਹਿੰਦੇ ਨੇ ਦੋ ਘਰਾਂ ਦੇ ਵਿੱਚ ਜਦੋਂ ਘਰ ਦੇ ਵਿੱਚ ਦੋ ਜੀ ਹੁੰਦੇ ਆ ਤਾਂ ਉਹ ਖੜਕਦੇ ਆ ਭਾਂਡੇ ਖੜਕਦੇ ਰਹਿੰਦੇ ਨੇ ਕੋਈ ਗੱਲ ਨਹੀਂ ਇਹ ਸਾਡਾ ਪਰਿਵਾਰਕ ਹੈ ਅਤੇ ਜੋ ਅਸੀਂ ਸਾਨੂੰ ਲੱਗਦਾ ਜਿੱਥੇ ਵੀ ਇੱਥੇ ਨਹੀਂ ਉਹਨਾਂ ਨੂੰ
इस तरह च जाना चाहिए। बहुत सारिया गल हूँ दे कई आगुआ के नाल भी तो साढ़े मित्रता वाले संबंध है मेरे, वह भी उन्हों की भी सलाह लें भी बई आ काम कर रहे हैं यार सानू सवाल पूछना चाहता मैं, वह भी तो फिर सानू कहें भी हाँ यार जरूर पुछो तो असं अपने आप थोड़ी कहें तो वह भी सानू कहें भी हाँ यार ये गल ठीक है साढ़े बत्तियां दे विच भी ये नुकसानदेह हो सकती है ये तुहानू पुछनी चाहिए है ताकि लोगों के डर तो चुप करके जो सुधारे बंदा लोगों तो सिर्फ ये लगता हों भी ये लोग गलत पासे नू पर इन्हां नू की पता यार असीं कि राय दे नाल चलते हैं। कई बार फिर ये भी कह देंगे भाई नहीं थली भाई ये गल अजे जानी नहीं चाहिए यार भी इनू संकोचना चाहिए क्योंकि असी समाज पक्षी पत्रकारी करते हैं ना आगू पक्षी नहीं है असी असी समाज पक्षी आ ते वो गल सोच समझ के चलन लोग जिहड़े कहिंदे आ भी आगू पक्षी ते समाज पक्षी इक लोग ने। जगदीप सिंह थली अपने स्वार्थ लई कुछ भी कर सकदा इसे तरह कोई आगू अपने स्वार्थ लई कुछ भी कर सकदा पर समाज नू धोखा ना दे सकदे यार ना मैं दवांगा अपने स्वार्थ लई मैं जे समाज नू धोखा दवांगा समाज दे नाल गलत पासे अपने स्वार्थ लई करांगा फिर मैं भी तो उन्हां लीडर वाले दा ही आ फिर मैं एक तरह नाल दोगला हो गया अपने हंकार नू अपनी होमै नू छुपा के गलत कर सकता पर परमात्मा की निगाह तो नहीं असी परमात्मा नू जवाब देना किसी आगू नू। हाँ जे हुण मैं जांदे जांदे एक लास्ट प्रश्न लेना चाहूँ अज जिहड़े तीन साढ़े शहीद होए ने राजगुरु सुखदेव भगत सिंह उन्हां दा शहीदी दिहाड़ा मनाया इत्थे रायकोट ते नौजवान एक स्पीच दे रहा सी उह कहिंदे वी सानू इह शहीदी दिहाड़े मनाउण वास्ते वी परमिशनां लैणियां पैंदियां हैं इहदे ते की कहना चाहूँगा। ये तो भाई असी उस देश दे विच जिथे पैर पैर दे उत्ते शहीदियां हुईयां शहादतां हुईयां ते जदों गल वोटां दी आउंदी है ते फिर उन्हां शहीदां नू याद करके उन्हां दे गुण गाए जांदे ने ते उन्हां दे इतिहास नू रोलिया जांदा वी असी पहरा देवांगे ये करांगे पर जदों गल जिवें अज सुखविंदर भाई ने वी उत्थे कीती है वी इस तरह सानू परमिशन लेनिया पईआं ते मैं कहना फिर इस तो माड़ी गल हो नहीं सकती। अज एक कोई लीडर है जिन्हें वोटों खातर पता नहीं किन्ने मामा दे पुत मराते उहदा जन्मदिन मनाउण दे लई किसी तरह की परमिशन नहीं पर जिन्होंने अपनी जिंदगी दूजियां दी खातर दाँ ते लाती जे अज उहनां दीआं शताब्दियां मनाउण दे लई उहनां दे जन्म दिहाड़े उहनां दे शहीदी पुरब मनाउण दे लई अज सानूं परमिशन लैनिया पै रही ने ते नाल प्रशासन ये कहिंदा भी 200 तो वध बंदे दा इकट्ठ ना कर लियो तो मैं कहना सानू डुब के मर जाना चाहिए सानू उन्हां लोकां नू भी डुब के मर जाना चाहिए जिहड़े शहीदां दे नाते वोटां मंगदे ने ते डुब के उन्हां लोकां नू भी मर जाना चाहिए जिहड़े अजिहे लोकां नू कुर्सियां ते बिठाउंदे ने राज दिवाउंदे ने। थली भाई तुसीं समां दित्ता तुहाडा धन्नवाद शुक्रिया भाई। सो ये जगदीप सिंह थली जिन्हां दे नाल अज असीं गल्लबात ये चाहे छोटी सी पर मकसद गल्लबात दा इह सी वी अंदोलन दे विच पत्रकारिता दी की भूमिका रही जां लोक खास करके सोशल मीडिया वाले इस नूं किस नज़र दे नाल देखदे आ। अग्गे मिलांगे किसी होर शख्सियत दे नाल हुण अपने दोस्त रतनदीप सिंह धालीवाल नूं दिओ इजाजत देखदे रहो आर एम बी टैलीविजन। धन्नवाद जी।